ਸਤਿ ਸ਼੍ਰੀ ਅਕਾਲ ਜੀ ਸਾਰਾ ਜਾਣਿਆਂ ਨੂੰ ਹੋਪਫੁਲ ਦੀ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਆ ਮੇਰੇ ਚੈਨਲ ਤੇ, ਜਿਹਦਾ ਨਾਂ ਕੀ ਆ, ਬੋਲ ਭਾਬੀ ਦੱਸਣ ਗੱਲ ਬੋਲਾ ਜਸ਼ਨ ਗਿੱਲ ਵਲੌਗਸ। ਤੇ ਅੱਜ ਮੈਨੂੰ ਮੋਸਟਲੀ ਸਾਰੇ ਪੁੱਛਦੇ ਆ ਦੀਦੀ ਆਪਣੇ ਫੇਸ 'ਤੇ ਕਿਹੜਾ ਪ੍ਰੋਡਕਟ ਯੂਜ਼ ਕਰਦੇ ਹੋ, ਕੀ ਲਾਉਂਦੇ ਹੋ ਅਤੇ ਕੀ ਮਤਲਬ ਵਧੀਆ ਰਹਿੰਦਾ ਵਾ, ਅਤੇ ਮਤਲਬ ਜੋ ਵੀ ਆ ਆਪਾਂ ਫੇਸ ਵਾਸ਼, ਕਲੀਨਜ਼ਿੰਗ, ਮੋਇਸਚਰਾਈਜ਼ਰ, ਸਾਰਾ ਜੋ ਆਪਾਂ ਨੂੰ ਆਪਣੇ ਡੇਲੀ ਰੂਟੀਨ ਵਿੱਚ ਲਾਉਣਾ ਚਾਹੀਦਾ, ਜਿਹਨੂੰ ਕਹਿ ਦਿੰਦੇ ਆਪਾਂ CTM। ਬਟ ਮੈਨੂੰ ਵੀ ਇਹ ਪਹਿਲਾਂ ਬੜਾ ਔਖਾ ਲੱਗਦਾ ਹੁੰਦਾ, ਬਟ ਤੁਹਾਨੂੰ ਪਤਾ ਆਪਣੀ ਡੇਲੀ ਰੂਟੀਨ ਵਿੱਚ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਪਰ ਆਪਣੀ ਸਕਿਨ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ। ਅਤੇ ਉਹਦੇ ਕਰਕੇ ਤੁਹਾਨੂੰ ਪਤਾ ਜ਼ਿਆਦਾ ਉੱਦਾਂ ਮੋਸਟਲੀ ਇਹ ਵੀ ਕਹਿੰਦੇ ਆਪਾਂ ਨੂੰ ਜ਼ਿਆਦਾ ਪਾਣੀ ਵੀ ਪੀਣਾ ਚਾਹੀਦਾ, ਪਾਣੀ ਵੀ ਬਹੁਤ ਆਪਣੀ ਸਕਿਨ 'ਤੇ ਹੈਲਥ ਇਫੈਕਟ ਕਰਦਾ ਵਾ। ਅਤੇ ਮੈਨੂੰ ਹੁਣ ਸਾਰੇ ਮੋਸਟਲੀ ਕਾਫੀ ਜਣਿਆਂ ਨੇ ਮੈਨੂੰ ਕਮੈਂਟ ਕਰਦੇ ਰਹਿੰਦੇ ਤੁਸੀਂ ਆਪਣੇ ਫੇਸ 'ਤੇ ਕੀ ਲਾਉਂਦੇ ਹੋ, ਕੀ ਤੁਸੀਂ ਯੂਜ਼ ਕਰਦੇ ਹੋ ਕਿ ਤੁਹਾਡਾ ਫੇਸ ਮਤਲਬ ਸ਼ਾਈਨ ਕਰਦਾ ਵਾ, ਜੇ ਗਲੋ ਜਾਂ ਸਾਫ਼ ਰਹਿੰਦਾ ਵਾ, ਕਿਉਂਕਿ ਤਾਂ ਪਿੱਛੇ ਜੇ ਵੇਖਿਆ ਮੇਰਾ ਫੇਸ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀ, ਪਿੰਪਲ ਹੋ ਗਏ ਸੀ ਅਤੇ ਕਾਫੀ ਜ਼ਿਆਦਾ ਇਫੈਕਟ ਮਤਲਬ ਬਹੁਤ ਜ਼ਿਆਦਾ ਖਰਾਬ ਜਿਹਾ ਹੋ ਗਿਆ। ਅਤੇ ਮੈਂ ਆਪਣੀ ਬਹੁਤ ਫਿਰ ਕੇਅਰ ਕੀਤੀ, ਕਿਉਂਕਿ ਆਪਾਂ ਮੋਸਟਲੀ ਬਹੁਤ ਜ਼ਿਆਦਾ ਫਾਸਟ ਫੂਡ ਖਾਂਦੇ ਹਾਂ, ਕੇਅਰ ਨਹੀਂ ਕਰ ਪਾਉਂਦੇ। ਫਿਰ ਮੈਂ ਆਪਣੀ ਕੇਅਰ ਕੀਤੀ ਅਤੇ ਫਿਰ ਮੈਂ ਇੱਕ ਪ੍ਰੋਡਕਟ ਵਧੀਆ, ਮੈਨੂੰ ਹੋ ਗਿਆ 3 ਮੰਥ ਹੋ ਗਿਆ ਇਹ ਯੂਜ਼ ਕਰਦੇ ਪਏ, ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ, ਬਹੁਤ ਵਧੀਆ। ਮੈਂ ਕਿਹਾ ਚਲੋ ਤੁਹਾਨੂੰ ਵੀ ਮੈਂ ਆਪਣੀ ਪਰਸਨਲ ਇਹ ਚੀਜ਼ ਸ਼ੇਅਰ ਕਰਦੀ ਹਾਂ, ਕਿਸੇ ਨੂੰ ਵੀ ਵਧੀਆ, ਨਾਲੇ ਇੰਨੇ ਐਕਸਪੈਂਸਿਵ ਨਹੀਂ ਹੈਗੇ, ਅਫੋਰਡ ਹਰ ਕੋਈ ਕਰ ਸਕਦਾ ਵਾ। ਇੱਕ ਹੋਰ ਗੱਲ, ਇਹ ਮਤਲਬ ਕਰਨ ਦਾ ਤਰੀਕਾ ਵੀ ਇੰਨਾ ਵਧੀਆ ਵਾ ਅਤੇ ਇੰਨਾ ਸ਼ਾਈਨਿੰਗ ਤੁਹਾਡਾ ਫੇਸ ਲੱਗਦਾ, ਇੰਨਾ ਗਲੋ ਕਰਦਾ ਵਾ ਅਤੇ ਇੰਨਾ ਵਧੀਆ ਵਾ ਰਿਜ਼ਲਟ ਇਹਨਾਂ ਦੇ। ਮੈਂ ਖੁਦ ਪਰਸਨਲੀ ਯੂਜ਼, ਮੈਨੂੰ ਪਹਿਲਾਂ ਇਹ ਸੀ ਕਿ ਮੈਨੂੰ ਮੋਸਟਲੀ ਸਾਰੇ ਪੁੱਛਦੇ ਹੀ ਵੀ ਇਹਦੀ ਤੁਸੀਂ ਕੀ ਕਰਦੇ, ਯੂਜ਼ ਕੀ ਕਰਦੇ, ਜਿਸ ਕਰ ਤੁਹਾਨੂੰ ਪਤਾ ਆਪਣੇ ਆਪ ਨੂੰ ਰਿਜ਼ਲਟ ਨਾ ਮਿਲਿਆ ਹੋਵੇ ਆਪਾਂ ਕਿਸੇ ਨੂੰ ਕਿੱਦਾਂ ਰੈਫਰ ਕਰ ਸਕਦੇ ਹਾਂ ਨਾ, ਜਿਵੇਂ ਹਾਂਜੀ ਵੀ ਮੈਂ ਲਿਆ ਤੁਸੀਂ ਵੀ ਬਾਏ ਕਰ ਲਓ, ਵੀ ਕੀ ਪਤਾ ਉਹਦਾ ਰਿਜ਼ਲਟ ਵਧੀਆ ਹੁੰਦਾ ਕਿ ਨਾ ਵਧੀਆ ਹੁੰਦਾ, ਫਿਰ ਬਾਅਦ 'ਚ ਮੈਨੂੰ ਕਹਿਣਾ ਤੁਸੀਂ ਦੱਸਿਆ। ਪਰ ਇਹ ਮੈਂ ਯੂਜ਼ ਕਰਕੇ 3 ਮੰਥ ਮੈਂ ਯੂਜ਼ ਕਰਕੇ, 3 ਮੰਥ ਬਹੁਤ ਹੁੰਦੇ ਤੁਹਾਨੂੰ ਪਤਾ ਰਿਜ਼ਲਟ, ਤਾਂ ਤੁਹਾਨੂੰ ਪਤਾ 15 ਦਿਨਾਂ 'ਚ ਵੀ ਮਿਲ ਜਾਂਦਾ ਕਿਸੇ ਵੀ ਚੀਜ਼ ਦਾ, 3 ਮੰਥ ਯੂਜ਼ ਕਰਕੇ ਫਿਰ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਵੀ ਮੈਂ ਆਪਣੀ ਸਕਿਨ 'ਤੇ ਕੀ ਲਗਾਉਂਦੀ ਹਾਂ, ਕੀ ਵਧੀਆ ਵਾ। ਅਤੇ ਤੁਸੀਂ ਵੀ ਅੱਜ ਇਹ ਵੇਖਿਓ ਵੀ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ, ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਮਿਲਦੀ ਆ, ਹੋਰ ਵੀ ਇਹਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਵਾ, ਬਟ ਕਿਹੜੀ ਕਿਹੜੀ ਚੀਜ਼ ਮੈਂ ਬਾਏ ਕੀਤੀ ਆ। ਜਿੱਦਾਂ ਮੇਰੀ ਸਕਿਨ ਆ ਨਾ ਜ਼ਿਆਦਾ ਡਰਾਈ ਆ ਨਾ ਜ਼ਿਆਦਾ ਓਇਲੀ ਆ, ਮੇਰੀ ਕੰਬੀਨੇਸ਼ਨ ਜੀ ਸਕਿਨ ਆ, ਅਤੇ ਮੈਂ ਆਪਣੀ ਸਕਿਨ ਅਕੋਰਡਿੰਗ ਇਹ ਔਡਰ ਕੀਤੇ ਆ ਪ੍ਰੋਡਕਟ। ਅਤੇ ਮੈਨੂੰ ਕਾਫੀ ਜ਼ਿਆਦਾ, ਮੈਂ 3 ਵਾਰੀ ਔਡਰ ਕਰ ਲਿਆ ਕਿਉਂਕਿ ਮੈਨੂੰ ਕਾਫੀ ਵਧੀਆ ਰਿਜ਼ਲਟ ਮਿਲਿਆ। ਗਲੋਇੰਗ ਲਈ ਫੇਸ਼ੀਅਲ ਕਰਾਉਣ ਦੀ ਵੀ ਲੋੜ ਪੈਂਦੀ, ਵੈਸੇ ਮੈਂ ਬਲੀਚ 'ਤੇ ਕਰਵਾਉਂਦੀ ਨਹੀਂ ਆ, ਕਲੀਟਰ ਮੈਂ ਕਰਵਾਉਂਦੀ ਨਹੀਂ, ਬਟ ਫੇਸ਼ੀਅਲ ਕਰਾਉਣ ਦੀ ਜਿੱਦਾਂ ਮਤਲਬ ਸਮ ਟਾਈਮ ਜਿੱਦਾਂ ਆਪਾਂ ਨੂੰ ਫੰਕਸ਼ਨ ਕੋਈ ਆ ਜਾਂਦਾ ਵਾ ਅਤੇ ਆਪਾਂ ਨੂੰ ਚਾਹੀਦਾ ਯਾਰ ਆਪਣਾ ਕਲੀਨ ਵੀ ਨਹੀਂ ਹੋਇਆ ਫੇਸ, ਗਲੋ ਵੀ ਚਾਹੀਦਾ ਆਪਾਂ ਨੂੰ। ਇਹਦੇ ਵਿੱਚ ਇੱਕ ਹੋਰ ਚੀਜ਼ ਆ, ਰਾਤੋਂ ਰਾਤ ਗਲੋ ਆ ਸਕਦਾ, ਤੁਸੀਂ ਸਿਰਫ ਲਾ ਕੇ ਸੋਣਾ ਅਤੇ ਸਵੇਰੇ ਉੱਠ ਕੇ ਫੇਸ ਤੁਹਾਡਾ ਬਿਲਕੁਲ ਸ਼ਾਈਨ ਕਰੂਗਾ ਕਲੀਨ, ਜਿੱਦਾਂ ਤੁਸੀਂ ਰੀਸੈਂਟ ਹੁਣੇ ਬਲੀਚ ਫੇਸ਼ੀਅਲ ਕਰਾ ਕੇ ਆਏ ਹੋ, ਬਹੁਤ ਵਧੀਆ ਇਹਦੇ ਰਿਜ਼ਲਟ ਆ। ਅਤੇ ਚਲੋ ਠੀਕ ਆ, ਹੁਣ ਮੈਂ ਤੁਹਾਨੂੰ ਵਾਰੀ ਵਾਰੀ ਦੱਸਦੀ ਹਾਂ ਇਹਦੇ ਵਿੱਚ ਕੀ ਆ, ਆਪਾਂ ਯੂਜ਼ ਕਰ ਕਰਕੇ ਵੀ ਤੁਹਾਨੂੰ ਮੈਂ ਵਿਖਾਉਂਦੀ ਹਾਂ ਕਿੱਦਾਂ ਯੂਜ਼ ਕਰਨੇ ਆ। ਅਤੇ ਇੱਦਾਂ ਚੈਨਲ 'ਤੇ ਬਣੇ ਰਹੋ, ਚੈਨਲ ਸਬਸਕ੍ਰਾਈਬ ਜੋ ਕਰ ਲਿਓ ਅਤੇ ਬੈਲ ਆਇਕਨ ਜ਼ਰੂਰ ਕਰ ਲਿਓ, ਕਿਉਂਕਿ ਹੁਣ ਮੈਂ ਤੁਹਾਨੂੰ ਵਧੀਆ ਵਧੀਆ ਜੋ ਜੋ ਤੁਸੀਂ ਮੈਨੂੰ ਪੁੱਛੋਗੇ ਮੈਂ ਤੁਹਾਨੂੰ ਬੈਗ ਤੁਹਾਨੂੰ ਸੈਂਡ ਕਰਾਂਗੀ ਅਤੇ ਵਗੈਰਾ ਨੂੰ ਵਿਖਾਵਾਂਗੀ ਵੀ ਕੀ ਯੂਜ਼ ਕਰਨਾ ਚਾਹੀਦਾ, ਕੀ ਆਪਣੇ ਲਈ ਵਧੀਆ ਵਾ। ਚਲੋ ਇਹ ਤਾਂ ਮੇਰੇ ਪਰਸਨਲੀ ਆ, ਤੁਸੀਂ ਵੀ ਯੂਜ਼ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਜ਼ ਵਿੱਚ। ਚਲੋ ਆਪਾਂ ਦੱਸਦੇ ਹਾਂ ਵੀ ਸਭ ਤੋਂ ਪਹਿਲਾਂ ਕੀ ਇਹਦੇ ਵਿੱਚ, ਫਿਰ ਮਿਲਦੇ ਫਿਰ ਤੁਹਾਨੂੰ। ਪਹਿਲਾਂ ਮੈਂ ਇਹ ਬ੍ਰਾਂਡ ਯੂਜ਼ ਕਰਦੀ ਹਾਂ ਫੋਕਸਟਲ ਦਾ, ਬਹੁਤ ਹੀ ਜ਼ਿਆਦਾ ਵਧੀਆ ਜੇ, ਮੈਂ ਤੁਹਾਨੂੰ ਖੁਦ ਦੱਸਦੀ, ਮੈਂ ਖੁਦ ਇਹ ਯੂਜ਼ ਕਰਦੀ ਪਈ ਹਾਂ, ਬਹੁਤ ਵਧੀਆ ਰਿਜ਼ਲਟ ਜੇ। ਇਹ ਹੈਗਾ ਜੇ ਫੋਕਸਟਲ ਦਾ ਹਾਈਡਰੇਟਿੰਗ ਕਲੀਨਜ਼ਰ ਆ, ਜੋ ਕਿ ਜਿੱਦਾਂ ਆਪਣਾ ਮੇਕਅਪ ਆਪਾਂ ਕਰਦੇ ਹਾਂ ਅਤੇ ਸਮ ਟਾਈਮ ਆਪਣਾ ਮੇਕਅਪ ਨੂੰ ਤਾਂ ਕਿੰਨੀ ਵਾਰ ਫੇਸ ਵੋਸ਼ ਯੂਜ਼ ਕਰਨਾ ਪੈਂਦਾ ਵਾ ਅਤੇ ਫਿਰ ਡਰਾਈ ਜੀ ਬਹੁਤ ਸਕਿਨ ਲੱਗਦੀ ਹੈ ਮੇਕਅਪ ਤੋਂ ਬਾਅਦ। ਇਹਦੇ ਨਾਲ ਇੰਨਾ ਵਧੀਆ ਰਿਜ਼ਲਟ ਆ ਵੀ ਮੇਕਅਪ ਵੀ ਇੱਕ ਵਾਰੀ 'ਚ ਉੱਤਰ ਜਾਂਦਾ ਜੇ, ਇੰਨੀ ਸਮੂਥ, ਇੰਨੀ ਸ਼ਾਈਨਿੰਗ ਹੋ ਜਾਂਦੀ ਆ ਸਕਿਨ, ਅਤੇ ਬਹੁਤ ਵਧੀਆ ਰਿਜ਼ਲਟ ਹੈ। ਹੁਣ ਮੈਂ ਤੁਹਾਨੂੰ ਯੂਜ਼ ਕਰਕੇ ਵਿਖਾਉਂਦੀ, ਇਹਨੂੰ ਯੂਜ਼ ਕਿੱਦਾਂ ਕਰਨਾ ਵਾ ਤੁਸੀਂ ਪੜ੍ਹ ਸਕਦੇ ਹੋ, ਆਲ ਸਕਿਨ ਟਾਈਪ ਆ ਅਤੇ ਬਹੁਤ ਵਧੀਆ ਜੇ। ਅਤੇ ਚਲੋ ਹੁਣ ਤੁਹਾਨੂੰ ਆਪਾਂ ਯੂਜ਼ ਕਰਕੇ ਵਿਖਾਉਂਦੇ ਹਾਂ। ਹਾਂਜੀ, ਅਤੇ ਸਭ ਤੋਂ ਪਹਿਲਾਂ ਇਹਨੂੰ ਆਪਾਂ ਯੂਜ਼ ਕਿੱਦਾਂ ਕਰਨਾ ਵਾ, ਇਹ ਆਪਣਾ ਫੇਸ ਵੋਸ਼ ਤਾਂ ਇੰਨੀ ਸੋਹਣੀ ਅਤੇ ਇੰਨੀ ਸ਼ਾਈਨਿੰਗ ਸਕਿਨ ਕਰਦੀ ਆ। ਇਹਨੂੰ ਆਪਾਂ ਓਪਨ ਕੀਤਾ, 2 ਪੰਪ ਸਿਰਫ ਇਹਦੇ ਯੂਜ਼ ਕਰਨੇ, 1 ਐਂਡ 2, ਠੀਕ ਹੈ। ਫਿਰ ਕੈਪ ਦੇ ਦਈਏ, ਉਸ ਤੋਂ ਥੋੜ੍ਹਾ ਜਿਹਾ ਆਪਾਂ ਵੈਟ ਕਰ ਲੈਣਾ ਫੇਸ, ਮਤਲਬ ਇੰਨਾ ਵਧੀਆ ਫਿਰ ਇਹਨੂੰ ਪੂਰੇ ਫੇਸ 'ਤੇ ਲਗਾਉਣਾ। ਮੈਂ ਸਵੇਰ ਦਾ ਫੇਸ ਵੋਸ਼ ਨਹੀਂ ਕੀਤਾ, ਵੇਖੋ ਕਿੰਨਾ ਵਧੀਆ ਹੋਣੀ ਸ਼ਾਈਨਿੰਗ ਹੋ ਜਾਣਾ। ਇੱਕ ਪੂਰੀ ਇਹਨੂੰ ਚੰਗੀ ਤਰ੍ਹਾਂ ਕਲੀਨ ਕਰ ਲੈਣਾ, ਜਿੰਨਾ ਮਰਜ਼ੀ ਤੁਸੀਂ ਐਵੇਂ ਮੇਕਅਪ ਕੀਤਾ ਹੋਊਗਾ ਨਾ, ਸੋਹਣਾ ਕਲੀਨ ਹੋ ਜਾਂਦਾ ਇਹਦੇ ਨਾਲ।
ਹਾਂਜੀ ਤੇ ਆਵੇਂ ਫੇਸ ਪੂਰਾ ਮੇਰਾ ਕਲੀਨ ਹੋ ਗਿਆ ਤੇ ਅਸੀਂ ਵੇਖ ਸਕਦੇ ਜਿਹੜੇ ਮੇਰੀ ਲਿਪਰ ਵੀ ਲੱਗੀ ਸੀ ਉਹ ਵੀ ਸਾਰੀ ਕਲੀਨ ਹੋ ਗਈ ਉਹਨੇ ਲੱਗੀ ਸੀ ਨਾ ਪਹਿਲਾਂ ਪੂਰਾ ਫੇਸ ਕਲੀਨ ਹੋ ਗਿਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸਮੂਥ ਐਂਡ ਕਿੰਨਾ ਸ਼ਾਈਨਿੰਗ ਆ ਵੇਖੋ ਆਉਂਦੇ ਨਾ ਸ਼ਾਈਨਿੰਗ ਜੀ ਪੂਰਾ ਪੂਰਾ ਕਲੀਨ ਫੇਸ ਹੋ ਗਿਆ ਅਤੇ ਇੰਨਾ ਸਮੂਥ ਇੰਨਾ ਫਰੈਸ਼ ਫਰੈਸ਼ ਜਿਹਾ ਲੱਗਦਾ ਬਹੁਤ ਵਧੀਆ ਲੱਗਦਾ ਅਤੇ ਇਹ ਫੇਸ ਵੋਸ਼ ਆ ਇਹਦੇ ਨਾਲ ਪੂਰਾ ਮੇਕਅਪ ਵੀ ਇੱਕ ਹਿਸਾਬ ਦਾ ਮੇਕਅਪ ਰਿਮੂਵਰ ਵੀ ਇਹਨੂੰ ਯੂਜ਼ ਕਰਦੇ ਆਪਣਾ ਫੇਸ ਵੋਸ਼ ਡੇਲੀ ਇਹਨੂੰ ਦਿਨ 'ਚ ਦੋ ਵਾਰੀ ਰਾਤ ਦਿਨੇ ਐਂਡ ਰਾਤ ਦਿਨ ਅਤੇ ਰਾਤ ਹਾਂ ਦਿਨ ਅਤੇ ਰਾਤ ਯੂਜ਼ ਕਰਨਾ ਵਾ ਤੁਸੀਂ ਵੇਖ ਸਕਦੇ ਹੋ ਕਿੰਨਾ ਵਧੀਆ ਅਤੇ ਸ਼ਾਈਨਿੰਗ ਹੋ ਗਿਆ ਮਤਲਬ ਕੁਝ ਵੀ ਨਹੀਂ ਹੋਰ ਮਿਲਣਾ ਆ ਅਤੇ ਹੁਣ ਆਪਾਂ ਨੈਕਸਟ ਸਟੈਪ ਇਹਦਾ ਦੱਸਦੇ ਹਾਂ ਹੈਗਾ ਵਾ ਵਿਟਾਮਿਨ ਸੀ ਸੀਰਮ ਤੁਹਾਨੂੰ ਪਤਾ ਹੈ ਬਹੁਤ ਹੀ ਵਧੀਆ ਹੁੰਦਾ ਸੀ ਸੀਰਮ ਆਪਣੇ ਲਈ ਫੇਸ ਲਈ ਅਤੇ ਇਹ ਮੈਂ ਯੂਜ਼ ਕਰਦੀ ਹਾਂ ਪਹਿਲਾਂ ਬਾਅਦ ਵਿੱਚ ਫੇਸ ਵੋਸ਼ ਤੋਂ ਬਾਅਦ ਅਤੇ ਇਹਨੂੰ ਆਪਾਂ ਨੂੰ ਯੂਜ਼ ਕਰਕੇ ਵਿਖਾਵਾਂਗੇ ਆਪਾਂ ਕਿੱਦਾਂ ਲਾਉਣਾ ਬਹੁਤ ਹੀ ਵਧੀਆ ਆਲ ਸਕਿਨ ਟਾਈਪ ਆ ਅਤੇ ਬਹੁਤ ਹੀ ਵਧੀਆ ਅਤੇ ਇਹਦੇ ਨਾਲ ਵੀ ਕਾਫੀ ਜ਼ਿਆਦਾ ਫਰਕ ਪੈਂਦਾ ਆਪਣੀ ਸਕਿਨ ਦਾ ਬਹੁਤ ਜ਼ਿਆਦਾ ਇਫੈਕਟ ਐਂਡ ਕੋਈ ਵੀ ਇਹਦੇ ਨਾਲ ਮਤਲਬ ਪਿੰਪਲ ਵਗੈਰਾ ਵੀ ਉਹ ਵੀ ਡਾਰਕ ਸਰਕ ਸਾਰਾ ਕੁਝ ਰਿਮੂਵ ਹੁੰਦਾ ਬਹੁਤ ਵਧੀਆ ਜੇ ਅਤੇ ਹੁਣ ਮੈਨੂੰ ਯੂਜ਼ ਕਰਕੇ ਦਿਖਾਉਣੀ ਇਹਨੂੰ ਯੂਜ਼ ਆਪਾਂ ਕਿੱਦਾਂ ਕਰਨਾ ਹਾਂਜੀ ਤਾਂ ਫੇਸ ਵੋਸ਼ ਆਪਾਂ ਕਰ ਲਿਆ ਸੀ ਹੁਣ ਆਪਾਂ ਵਿਟਾਮਿਨ ਸੀ ਫੋਕਸਟਲ ਦਾ ਹੀ ਆਪਾਂ ਯੂਜ਼ ਕਰਾਂਗੇ ਆਹ ਹੀ ਬੜਾ ਔਖਾ ਖੁੱਲ੍ਹਣਾ ਇਹਨੂੰ ਮੈਂ ਬੰਦ ਕਰਕੇ ਰੱਖਦੀ ਹਾਂ ਇਹਦੇ ਆਪਾਂ ਦੋ ਪੰਪ ਹੀ ਲਏ ਕਿਉਂਕਿ ਬਹੁਤ ਜ਼ਿਆਦਾ ਮਤਲਬ ਉਸੇ ਵੇਲੇ ਹੋ ਜਾਂਦਾ ਵਾ ਸਾਰਾ ਇਹਨੂੰ ਆਪਾਂ ਡੋਟ ਨਾਲ ਯੂਜ਼ ਕਰਾਂਗੇ ਮਤਲਬ ਕੋਈ ਵੀ ਚੀਜ਼ ਹੈ ਨਾ ਆਪਾਂ ਨੂੰ ਡੋਟ ਨਾਲ ਹੀ ਲਾਉਣੀ ਚਾਹੀਦੀ ਪੂਰੇ ਇਹ ਨਹੀਂ ਇੱਦਾਂ ਦਾ ਕਿੱਦਾਂ ਤਾਂ ਲਾ ਲਈ ਹਾਂਜੀ ਇਹਨੂੰ ਹੁਣ ਪੂਰਾ ਹੀ ਆਪਾਂ ਆਪਣੀ ਸਕਿਨ 'ਤੇ ਲਾ ਲਾਂਗੇ ਪੂਰੇ ਜਿੱਦਾਂ ਡਾਰਕ ਸਰਕਲ ਆ ਕਿਸੇ ਦੇ ਪਿੰਪਲ ਆ ਜਾਂ ਬਲੈਕ ਸਪੋਟਸ ਆ ਜੋ ਵੀ ਆ ਸਾਰਾ ਕੁਝ ਇਹਦੇ ਨਾਲ ਕਲੀਨ ਹੋ ਜਾਂਦਾ ਹੌਲੀ ਹੌਲੀ ਪਿੰਪਲਸ ਵਗੈਰਾ ਵੀ ਬਹੁਤ ਹੀ ਵਧੀਆ ਵਾ ਇਹ ਵੀ ਵਿਟਾਮਿਨ ਸੀ ਸੀਰਮ ਤਾਂ ਵੈਸੇ ਹੀ ਬਹੁਤ ਵਧੀਆ ਵਾ ਇਹਨੂੰ ਆਪਾਂ ਜਿੱਦਾਂ ਹੁਣ ਮੈਂ ਤੁਹਾਨੂੰ ਰਾਤ ਦਾ ਵੀ ਦੱਸ ਦਿੰਦੀ ਹਾਂ ਜਿੱਦਾਂ ਆਪਾਂ ਸਵੇਰੇ ਰਾਤ ਸਵੇਰੇ ਆਪਾਂ ਫੇਸ ਵੋਸ਼ ਕੀਤਾ ਸਵੇਰੇ ਵੀ ਆਪਾਂ ਵਿਟਾਮਿਨ ਸੀ ਸੀਰਮ ਲਾਉਣਾ ਅਤੇ ਰਾਤ ਨੂੰ ਵੀ ਫੇਸ ਵੋਸ਼ ਕਰਕੇ ਆਪਾਂ ਵਿਟਾਮਿਨ ਸੀ ਸੀਰਮ ਲਾਉਣਾ ਅਤੇ ਵੇਖ ਸਕਦੇ ਇੰਨਾ ਵਧੀਆ ਫਰੈਸ਼ ਫਰੈਸ਼ ਲੱਗਦਾ ਪਿਆ ਨਾ ਬਹੁਤ ਜ਼ਿਆਦਾ ਵੇਖ ਸਕਦੇ ਹੁਣ ਮੇਰੇ ਲੱਗ ਗਿਆ ਪੂਰੇ ਫੇਸ 'ਤੇ ਆਪਾਂ ਚੰਗੀ ਤਰ੍ਹਾਂ ਨੂੰ ਲਾ ਲਿਆ ਵੇਖੋ ਕਲੀਨ ਪੂਰਾ ਸਮੂਥ ਐਂ ਸ਼ਾਈਨਿੰਗ ਸ਼ਾਈਨਿੰਗ ਲੁੱਕ ਦੇਗਾ ਬਹੁਤ ਹੀ ਤੁਹਾਨੂੰ ਆਪਾਂ ਤੁਹਾਨੂੰ ਦੱਸਦੇ ਹਾਂ ਇਹਦਾ ਥਰਡ ਸਟੈਪ ਆਪਾਂ ਕੀ ਯੂਜ਼ ਕਰਨਾ ਆਪੇ ਤਾਂ ਮੈਂ ਯੂਜ਼ ਕਰਦੀ ਹਾਂ ਮੋਇਸਚਰਾਈਜ਼ਰ ਤੁਹਾਨੂੰ ਪਤਾ ਮੋਇਸਚਰਾਈਜ਼ਰ ਮੋਇਸਚਰ ਕਰਨਾ ਆਪਣੀ ਸਕਿਨ ਨੂੰ ਇੰਨਾ ਕੁ ਜ਼ਿਆਦਾ ਜ਼ਰੂਰੀ ਆ ਕੰਪਲਸਰੀ ਆ ਮੋਇਸਚਰਾਈਜ਼ਰ ਮੈਂ ਕਰਦੀ ਹਾਂ ਮੈਂ ਇਹਦਾ ਕੀਤਾ ਸੀ ਮੋਇਸਚਰਾਈਜ਼ਰ ਸੁਪਰ ਗਲੋ ਮੋਇਸਚਰਾਈਜ਼ਰ ਜੋ ਕਿ ਆਲ ਸਕਿਨ ਟਾਈਪ ਆ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਰਹੀ ਅਤੇ ਇੰਨੀ ਸਕਿਨ ਗਲੋ ਕਰਦੀ ਆ ਅਤੇ ਬਹੁਤ ਹੀ ਵਧੀਆ ਰਹਿੰਦੀ ਆ ਮਤਲਬ ਜਿੱਦਾਂ ਇਹਨਾਂ ਦੇ ਤੁਸੀਂ ਫਾਊਂਡੇਸ਼ਨ ਹੀ ਲਾਇਆ ਬਹੁਤ ਵਧੀਆ ਜਿੱਦਾਂ ਆਪਾਂ ਕਹਿੰਦੇ ਨਾ ਦੀਦੀ ਮੇਕਅਪ ਕਰਕੇ ਰੱਖਦੇ ਮੈਂ ਮੇਕਅਪ ਨਹੀਂ ਮੇਰਾ ਅਕਸਲੀ ਇਹ ਰਾਜਾ ਇਹ ਬਹੁਤ ਇਹਦਾ ਨਾਂ ਹੀ ਆ ਸੁਪਰ ਗਲੋ ਮੋਇਸਚਰਾਈਜ਼ਰ ਇਹ ਬਹੁਤ ਹੀ ਵਧੀਆ ਵਾ ਅਤੇ ਇਹਨੂੰ ਆਪਾਂ ਹੁਣ ਫੇਸ ਵੋਸ਼ ਸੀਰਮ ਤੋਂ ਬਾਅਦ ਆਪਾਂ ਮੋਇਸਚਰਾਈਜ਼ਰ ਕਰਾਂਗੇ ਇਹਨੂੰ ਆਪਾਂ ਮੇਕਅਪ ਦੇ ਨੀਚੇ ਵੀ ਲਾ ਸਕਦੇ ਜਿੱਦਾਂ ਕਦੋਂ ਮੇਕਅਪ ਕਰਦੇ ਆਪਾਂ ਮੋਇਸਚਰਾਈਜ਼ਰ ਕਰਨਾ ਹੁੰਦੀ ਸਕਿਨ ਆਪਣੀ ਉਦੋਂ ਵੀ ਲਾ ਸਕਦੇ ਬਹੁਤ ਹੀ ਇਹਦਾ ਗਲੋ ਵਾ ਅਤੇ ਬਹੁਤ ਹੀ ਵਧੀਆ ਹੈ ਇਹ ਵੀ ਆਲ ਸਕਿਨ ਟਾਈਪ ਹੁਣ ਇਹਨੂੰ ਆਪਾਂ ਯੂਜ਼ ਕਰਕੇ ਵਿਖਾਉਂਦੇ ਹਾਂ ਹਾਂਜੀ ਅਤੇ ਵਿਟਾਮਿਨ ਸੀ ਵੇਖ ਹੀ ਲਿਆ ਸੀ ਉਸ ਤੋਂ ਬਾਅਦ ਆਪਾਂ ਆਹ ਲਗਾਵਾਂਗੇ ਇੰਨੀ ਇੱਕ ਇੰਨੀ ਵਧੀਆ ਇਹਦੀ ਚੀਜ਼ ਆ ਵੀ ਕਿਸੇ ਵੀ ਤਰ੍ਹਾਂ ਇਹਦੀਆਂ ਪੈਕਿੰਗ ਆ ਅਲੱਗ ਅਲੱਗ ਆ ਹਰ ਇੱਕ ਚੀਜ਼ ਆ ਜਿੱਦਾਂ ਕਈਆਂ 'ਚ ਹੁੰਦੀ ਨਾ ਪੈਕਿੰਗ ਬਿਲਕੁਲ ਸੇਮ ਸੇਮ ਹੁੰਦੀ ਆ ਬਟ ਇਹਨਾਂ ਦੇ ਕਲਰਫੁੱਲ ਇੰਨੀ ਕਿਊਟ ਲੱਗਦੀ ਪੈਕਿੰਗ ਵੀ ਕਲਰਫੁੱਲ ਜੀ ਬੜਾ ਵਧੀਆ ਲੱਗਦੇ ਆ ਅਤੇ ਹੁਣ ਆਹ ਦੋਨੋਂ ਆਪਾਂ ਯੂਜ਼ ਕਰ ਲਏ ਅਤੇ ਥਰਡ ਸਟੈਪ ਆਪਣਾ ਮੋਇਸਚਰਾਈਜ਼ਰ ਹੁਣ ਆਪਾਂ ਮੋਇਸਚਰਾਈਜ਼ਰ ਯੂਜ਼ ਕਰਨਾਗੇ ਅਤੇ ਇਹਦੇ ਵੀ ਆਪਾਂ ਦੋ ਪੰਪ ਲਏ ਇਹਨੂੰ ਆਪਾਂ ਡੋਟ ਨਾਲ ਯੂਜ਼ ਕਰਾਂਗੇ ਹੋਏ ਜਾਂਦੀ ਹੈ ਚੰਗੀ ਤਰ੍ਹਾਂ ਆਪਣੇ ਫੇਸ 'ਤੇ ਲਗਾਵਾਂਗੇ ਮੋਇਸਚਰ ਮੋਇਸਚਰਾਈਜ਼ਰ ਤੁਹਾਨੂੰ ਪਤਾ ਬਹੁਤ ਕੰਪਲਸਰੀ ਫੇਸ ਲਈ ਦੇਖ ਸਕਦੇ ਹੋ ਗਲੋ ਇੰਨਾ ਵਧੀਆ ਗਲੋ ਆ ਨਾ ਮੈਨੂੰ ਬਹੁਤ ਵਧੀਆ ਲੱਗੇ ਪ੍ਰੋਡਕਟ ਮੈਂ ਤਾਂ ਆਪਣਾ ਪਰਸਨਲੀ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹਾਂ ਬਹੁਤ ਹੀ ਮੈਨੂੰ 3 ਮੰਥ ਹੋ ਗਏ ਆ ਬਹੁਤ ਹੀ ਵਧੀਆ ਲੱਗਾ ਮੈਨੂੰ ਇਹ ਮੈਂ ਕੋਈ ਪ੍ਰਮੋਸ਼ਨ ਨਹੀਂ ਕਰਨ ਦੀ ਵੀ ਜਾਂ ਮੈਂ ਪੈਸੇ ਖਰਚੇ ਦੇ ਪ੍ਰੋਡਕਟਾਂ ਦੇ ਕੋਈ ਪ੍ਰਮੋਸ਼ਨ ਨਹੀਂ ਕਰਨ ਦੀ ਨਹੀਂ ਤਾਂ ਮੈਂ ਪ੍ਰਮੋਸ਼ਨ ਕਰਨ ਦੀ ਤੁਹਾਨੂੰ ਪਤਾ ਮੈਂ ਲਿੰਕ ਨੀਚੇ ਦੇਣਾ ਹੈ ਮੈਂ ਕੋਈ ਪ੍ਰਮੋਸ਼ਨ ਨਹੀਂ ਕਰਨੀ ਮੇਰੀ ਓਹੋ ਪਰਸਨਲੀ ਮੇਰੀ ਇਹ ਕੀ ਕਹਿੰਦੇ ਹਨ ਤੁਹਾਡੇ ਨਾਲ ਮਤਲਬ ਤੁਹਾਡੇ ਨਾਲ ਸਾਂਝਾ ਕਰਨ ਦੀ ਹਾਂ ਪਰਸਨਲੀ ਮੈਂ ਕੀ ਯੂਜ਼ ਕਰਦੀ ਕੋਈ ਪ੍ਰਮੋਸ਼ਨ ਨਹੀਂ ਜੇ ਕੋਈ ਮੈਂ ਪ੍ਰੋਡਕਟ ਦੀ ਲਾਂਚ ਨਹੀਂ ਕਰਨ ਦੀ ਕੁਝ ਨਹੀਂ ਮੇਰੀ ਪਰਸਨਲੀ ਆ ਮੈਨੂੰ ਬਹੁਤ ਵਧੀਆ ਲੱਗੇ ਤੁਸੀਂ ਦੇਖ ਸਕਦੇ ਹੋ ਗਲੋ ਇੰਨਾ ਵਧੀਆ ਅਤੇ ਇੰਨਾ ਸ਼ਾਈਨਿੰਗ ਆ ਇਹਦਾ ਅਤੇ ਆਪਾਂ 3 ਚੀਜ਼ਾਂ ਯੂਜ਼ ਕਰ ਲਈਆਂ ਮੋਰਨਿੰਗ ਜਦੋਂ ਵੀ ਮਤਲਬ ਆਪਾਂ ਕਹਿੰਦੇ ਨਾ ਸੀਟੀਆਂ
है ना सीटीएम जिदा कहते हैं उदा ही आप तीन चीज़ा यूज करनी वा कर लिया वा तो मॉर्निंग टाइम की हूँ लास्ट यदि चीज़ रह गई है क्योंकि वह भी तुम पता बहुत कंपलसरी होंगी आना विखाने सर मॉर्निंग का लास्ट रह गया जो कि तुम पता है सनस्क्रीन बहुत ही ज़्यादा कंपलसरी है ये SPF हैगा है 70 तो बहुत ही ज़्यादा वधिया है ये विटामिन ई सारा कुछ B5 आ बहुत ही वधिया वै तुम पता SPF अपनी स्किन पर लाना बहुत ज़्यादा कंपलसरी है तो वह भी मैं की कहें यूज़ कर दी हूँ SPF तो हम आप यूज़ करा लास्ट स्टैप अपना मॉर्निंग का वा तो मॉर्निंग तो लैके तुम पता पूरी ईवनिंग तक यही रहेगा कि किसी ने तुम पता जॉब पर आना तो मॉर्निंग तुम लगा लो तो ईवनिंग तक ये रहेगा पूरा SPF 70 पूरा कवर कर दे अपनी स्किन तो हम आप इनू यूज़ करके विखाने हम फॉक्सल का आप सनस्क्रीन यूज़ करा जो कि बहुत ज़्यादा ये भी कंपलसरी अपनी स्किन से जिदा हम मेरी स्किन से सूरज दिया बहुत ज़्यादा तुम पता पूरी बर्न हो जाती है अपनी स्किन तो यह पूरा उन्होंने बचा है हम आप इनू यूज़ करा अपनी किता दो पंप यूज़ करने ज़्यादा नहीं कहने पर करंट बहुत ज़्यादा बहुत ईजली किसी ने लाना हो बहुत ईजी कम से कम तो बड़े वधिया महीने लंघ जाने अगर दो जने गए ना फिर भी लंघ जाते जे हम इनू भी आप इस तरह ही लवेंगे टोपी मैं ता पाई आ मेरा सिर दर्द कर दिया है मैंने सिर निघा रहूगा इन्हें भी आप चंगी तरह पूरे फेस से लगा लिया दसो स्किन ये अपने चार स्टैप आप मॉर्निंग यूज़ करने देखो इन्हों की किन्नी सोहनी कलर देखो हर एक चीज़ का पता लग सकता कि वा देख सकते हो तो यही आप इको जो सारिया बॉटल्स आ जिदा कई यार कन्फ्यूज हों अपन पढ़ना पैंता यार नहीं आ चीज़ ही गलती ना यूज़ कर लिया पहला करना पर इधर का कोई भी वो चीज़ नहीं प्रॉब्लम नहीं होती कलरफुल किन्नी सोहनी पैकिंग है तो कि वधिया लगता वा तो ये मेरे मॉर्निंग डेली रूटीन दे प्रोडक्ट सब तो पहले मैं क्लिनजिंग करती हाँ फिर मैं सीरम लाँनी हाँ फिर मैं मॉइस्चराइजर करती हाँ फिर SPF लाँनी हाँ ये मेरे डेली रूटीन दे ये कंपलसरी अपनी स्किन पर लाना ये इन्ने वधिया वा भी बड़ी छेती तुम रिजल्ट मिलेगा तो बहुत ज़्यादा ग्लो वा तो स्किन अपनी हेल्दी लगती कोई पिंपल कुछ नहीं बहुत वधिया है तो ये मेरे डेली रूटीन दे आ कि लग्या दस्यो तो हम आप नाइट में की यूज़ करना वह भी तुम मैं दसती हाँ इन तुसी मेरी देख सकते हो किन्नी वधिया किन्नी हेल्दी शाइनिंग लगन दी है ये मेरे मॉर्निंग वाले हो गए हुण आपां नाइट की यूज़ करांगे नाइट सब तो पहला है फिर आपां रात नूं ही फेस वॉश करांगे क्योंकि जिन्नी अपनी डस्ट फेस ते पई हुंदी ओह क्लीन करनी बहुत ज़्यादा जरूरी है रात नूं सब तो पहला उही आपां फॉक्सटेल दा यूज़ करांगे क्लिनजिंग क्लिनजर जो कि फेस वॉश इनू आपां फेस वॉश क्लीनज़ करके फिर आपां रात नूं की लगाना वा क्योंकि हुण ते रात नहीं पई ते इस करके मैं यूज़ करके नहीं दस सकती बट तुहानूं मैं दसदी हाँ भी की किद्दां लाने आ सब तो पहला इदां ही तुसीं फेस वॉश क्लीनज़ करके ते विटामिन सी दा सीरम लाउणा चंगी तरह नाल अपनी नैक भी कवर कर लियो ए विटामिन सी दा सीरम लाना है फिर उस तो बाद एक बहुत ही वधिया चीज़ है जो कि रातों रात आपां नूं सोहणे ते ग्लो बना दिंदा जो कि दिन तक आ जांदा वा उह चीज़ हैगी आ तुम विखाने ठहरो ठहरो विखाने फॉक्सटेल का ओवरनाइट ग्लो मास्क जो कि यह तुम जिदा किसी ने बहुत ज़्यादा छेती फंक्शन कहता नहीं करवा सकते घर टाइम नहीं लगता तो यह रात को लगा के सौ जाना फेस वॉश के सीरम तो बाद सवेरे इन्ना वधिया तुम ग्लो लगेगा फेस अपना इन्ना शाइनिंग करता है कि जिदा तुम ब्लीच फेशियल हमने करा के आए हो यह ना ही ओवरनाइट ग्लो मास्क आ तो यह भी इदा यूज़ करना वा दो पंपे दे यू इनू अपने करके दो पंपे दे यूज़ करने नैक ते अपने फेस लगा लेना वा तो इन्ना वधिया रिजल्ट मिलता इन्ना ग्लोइंग करता फेस तो यह मैं बहुत ज़्यादा सब तो ज़्यादा इफेक्टिव एज बहुत ही ज़्यादा चाहे किस कोई भी ये सारे वैसे भी सारे प्रोडक्ट ऑल स्किन टाइप आ सारे दे वक्रे वक्रे भी आते हैं किसी तरह के भी इन्हें ऐप से तुम चैक कर लियो तो ये भी सब तो ज़्यादा इफेक्टिव जे तो जरूर बाय करो बाकी रिजल्ट तुम्हें जरूर मिलेगा तो हम आप सारे इकट्ठे तुम प्रोडक्ट विखाने तो चलो मैं ये पांच चीज़ा यूज़ करती हाँ फॉक्सटेल का मैं पहला ही कहता ना ये कोई प्रमोशन जे ना कोई मैं प्रोडक्ट लॉन्च करती जिदा मतलब लॉन्चिंग हो मोदे करती पी हाँ सिर्फ दो पंप यूज़ करने बाकी ये पिछले सारा लिखा होंगे तुम्हें किदा यूज़ करना कि नहीं तो देखो कि सोहनी पैकिंग जलरिंग कलरिंग जहाँ वधिया लगता है तो फस्ट
सैकेंड थर्ड एंड फोर्थ मॉर्निंग हो गया एंड नाइट दिस वन ये नाइट आदि बहुत ज़्यादा इफेक्टिव जे ओसम चीज़ जे आते तो चलो ठीक है ऑल स्किन टाइप है तो चलो ठीक है यही मेरा डेली रूटीन आ जो मैं अपने मॉर्निंग ते नाइट मैं की यूज़ करती ये चीज़ यूज़ करती हाँ और मैं ज़्यादा कुछ नहीं ज़्यादा फेस पे लगाने क्योंकि हैवी हैवी लगता बेस भी आप डेली फाउंडेशन भी ला सकते मेकअप भी डेली कर सकते तो ये मैं यूज़ मेरे डेली रूटीन आ तुसी भी सारे जने एक बार ट्राई करो तो दस्यो किवें लगा मैं तो बहुत रिजल्ट वधिया मिलिया इहदा तो चलो ठीक है ये व्लॉग लगे आपां इत्थे एंड करन होर भी कोई किसी ने क्वेश्चन किसी ने पूछना होवे तुसीं मैनूं डीएम कर सकदे हो और मैं कहना भुल गई सी जिहड़ा ओवरनाइट ग्लो मास्क आ वीकली तुसीं तीन वारी यूज़ कर सकदे हो पर डेली नहीं ला सकदे जे व्लॉग वधिया लगे लाइक शेयर कमेंट जरूर कर दिओ चैनल सबसक्राइब जरूर कर दिओ बैल आइकन जरूर कर दिओ क्योंकि आने वाला मेरा व्लॉग तुहानूं नोटिफिकेशन पहले मिल जाए बाय।